ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅੱਜ ਦਿੱਲੀ ਆਇਆ। ਸੋ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਨੀਆਂ ਚਾਹੁੰਦਾ, ਔਰ ਉਮੀਦ ਕਰਦਾ ਕਿ ਤੁਹਾਨੂੰ ਉਹ ਚੰਗੀਆਂ ਲੱਗਣਗੀਆਂ। ਮੇਰੀ ਗੱਲ ਸੁਣ ਰਹੀ ਹੈ? ਕਿਉਂਕਿ ਮੇਰੀ ਆਵਾਜ਼ ਸੁਣ ਰਹੀ ਹੈ ਸਾਰਿਆਂ ਨੂੰ? ਪਲੀਜ਼ ਟੈਲ ਮੀ ਇਫ ਇਟ ਇਜ਼ ਤੁਹਾਨੂੰ ਸੁਣ ਰਹੀ ਹੈ, ਤਾਂ ਜ਼ਰੂਰ ਉਹਨੂੰ ਥੰਬਸ ਅਪ ਕਰਿਓ ਕਿ ਸੁਣ ਰਹੀ ਹੈ, ਕਿਉਂਕਿ ਮੈਂ ਥੋੜ੍ਹਾ ਹੌਲੀ ਬੋਲ ਰਿਹਾ। ਜਿਹੜੇ ਲੋਕਾਂ ਨੂੰ ਮੇਰੀ ਆਵਾਜ਼ ਸੁਣ ਰਹੀ ਹੈ, ਪਲੀਜ਼ ਥੰਬਸ ਅਪ ਕਰਿਓ। ਥੈਂਕ ਯੂ। ਕੀ ਹਾਲ ਹੈ? ਸੁਖਵੀਰ ਸਿੰਘ ਬਰਾੜ, ਲਛਮਣ ਦਾਸ ਪੂਜਾ, ਪੂਜਾ ਸਭ ਠੀਕ ਹੋ? ਜਗਸੀਰ ਨੰਬਰਦਾਰ, ਗੁੱਡ ਮਾਰਨਿੰਗ ਜੀ ਨੰਬਰਦਾਰ ਸਾਹਿਬ। ਤਜਿੰਦਰ ਪਾਲੀ, ਗੁਰਪ੍ਰੀਤ ਸਿੰਘ, ਸੁਖਵੀਰ ਸਿੰਘ ਬਰਾੜ, ਪੁਨੀਤ ਆਲਵੇਜ ਵਿੱਚ, ਸਰ ਮੈਂ ਫੈਨ ਹਾਂ ਤੁਹਾਡਾ, ਥੈਂਕ ਯੂ। ਬਿੰਦਰ ਮਾਨ, ਠੀਕ ਹੈ, ਸੈਨੀ ਇਜ਼ ਵਾਚਿੰਗ, ਮਾਨ ਸ਼ੈਂਬਰ, ਪ੍ਰਵੀਨ ਗਰਗ ਆਲਵੇਜ਼। ਮੇਰੀ ਆਵਾਜ਼ ਸੁਣ ਰਹੀ ਹੈ ਤੁਹਾਨੂੰ ਸਾਰਿਆਂ ਨੂੰ? ਅੱਛਾ, ਮੈਂ ਦਿੱਲੀ ਆਇਆ ਵਿਆ ਹੈ, ਅੱਜ ਮੀਟਿੰਗ ਹੈ ਸਾਡੀ, ਔਰ ਅੱਜ ਮੈਂ ਰਾਸਤੇ 'ਚ ਟ੍ਰੇਨ 'ਚ ਸਫ਼ਰ ਕਰ ਰਿਹਾ ਸੀਗਾ ਸ਼ਤਾਬਦੀ 'ਚ, ਅਤੇ ਸ਼ਤਾਬਦੀ 'ਚ ਸਫ਼ਰ ਕਰਦਿਆਂ ਕਰਦਿਆਂ ਮੈਨੂੰ ਲੁਧਿਆਣਾ ਦੇ ਕੁਝ ਸਾਥੀ ਆ ਕੇ ਮਿਲੇ। ਉਹ ਹੌਜ਼ਰੀ ਦਾ ਕੰਮ ਕਰ ਰਹੇ ਸਨ, ਵਪਾਰੀ ਲੋਕ ਸਨ। ਉਹ 6-7 ਲੋਕ ਮੇਰੀ ਸੀਟ 'ਤੇ ਆ ਕੇ ਮੇਰੇ ਨਾਲ ਬੈਠ ਕੇ ਗੱਲਾਂ ਕਰਨ ਲੱਗ ਪਏ। ਇੱਕ ਬੰਦਾ ਬੈਠ ਗਿਆ, ਦੂਸਰੇ ਸਾਰੇ ਖੜ੍ਹੇ ਹੋ ਕੇ ਗੱਲਾਂ ਕਰਨ ਲੱਗ ਪਏ। ਸੋ ਉਹਨਾਂ ਨੇ ਕਿਹਾ ਕਿ ਸਾਡਾ ਕੁਝ ਕਰੋ। ਮੈਂ ਕਿਹਾ ਜੀ ਕੀ ਹੋ ਗਿਆ? ਕਹਿੰਦੇ ਇੱਕ ਤਾਂ ਸਾਡੀ ਇੰਡਸਟਰੀ ਦਾ ਬਹੁਤ ਮਾੜਾ ਹਾਲ ਹੁੰਦਾ ਜਾ ਰਿਹਾ ਹੈ, ਸਰਕਾਰਾਂ ਦਾ ਇੰਡਸਟਰੀ ਵਾਲੇ ਲੋਕਾਂ ਦੇ ਪ੍ਰਤੀ ਕੋਈ ਧਿਆਨ ਨਹੀਂ ਹੈ। ਈਵਨ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਬਹੁਤ ਸਾਰੀ ਇੰਡਸਟਰੀ ਸਾਡੇ ਪੰਜਾਬ 'ਚੋਂ ਸ਼ਿਫਟ ਹੋ ਕੇ ਦੂਜੇ ਰਾਜਾਂ ਵਿੱਚ ਜਾ ਰਹੀ ਹੈ, ਜਿਵੇਂ ਕਿ ਕ੍ਰੀਮਿਕਾ ਜਿਹੜੀ ਇੱਕ ਫੈਕਟਰੀ ਹੈ, ਉਹ ਕਹਿੰਦੇ ਜੰਮੂ ਕਸ਼ਮੀਰ ਉਹ ਸ਼ਿਫਟ ਹੋਣ ਲੱਗੀ ਹੈ, ਜੰਮੂ ਜਾ ਰਹੀ ਹੈ ਉਹ। ਇਵੇਂ ਕਿਸੇ ਨੇ ਮੈਨੂੰ ਕਿਹਾ ਕਿ ਸਲੂਜ਼ਾ ਜਿਹੜੀ ਕੋਈ ਕੰਪਨੀ ਹੈ ਹੌਜ਼ਰੀ, ਉਹਨੇ ਕੋਈ 300 ਏਕੜ ਜਬਲਪੁਰ ਲੈ ਲਿਆ, ਯਾਨੀ ਕਿ ਮੱਧਿਆ ਪ੍ਰਦੇਸ਼ ਦੇ ਵਿੱਚ। ਐਂਡ ਬਹੁਤ ਸਾਰੇ ਯੂਨਿਟ ਕਹਿੰਦੇ ਲਖਨਊ ਸ਼ਿਫਟ ਹੋਣਾ ਚਾਹੁੰਦੇ ਹੈ, ਹੋ ਗਏ ਹੈ, ਈਵਨ ਵੱਡੇ ਵੱਡੇ ਅਦਾਰੇ ਐਂਡ ਏਵਨ ਸਾਈਕਲ ਵਗੈਰਾ ਵੀ ਉਹਨਾਂ ਨੇ ਗੱਲ ਕੀਤੀ। ਫਿਰ ਉਹਨਾਂ ਨੇ ਕਿਹਾ ਕਿ ਕਿਸੇ ਵੇਲੇ ਪਾਣੀਪਤ ਜਿਹੜਾ ਸਾਡਾ ਬਲੈਂਕਟ ਦੀ ਹੱਬ ਹੁੰਦੀ ਸੀ, ਹੁਣ ਅਗਰ ਸਾਨੂੰ ਆਪਦੀਆਂ ਫੈਕਟਰੀਆਂ ਦੇ ਵਿੱਚ ਵੀ ਬਲੈਂਕਟਸ ਦੇਣੇ ਪੈਂਦੇ ਆ, ਤਾਂ ਅਸੀਂ ਪਾਣੀਪਤ ਤੋਂ ਮੰਗਾਉਣੇ ਆ, ਯਾਨੀ ਕਿ ਲੁਧਿਆਣੇ ਦੇ ਵਪਾਰੀ ਲੋਕ ਇਹ ਗੱਲ ਕਹਿੰਦੇ ਸੀ। ਉਹ ਸਾਰੇ ਹੌਜ਼ਰੀ ਵਾਲੇ ਸਨ, ਕਹਿੰਦੇ ਕਿਸੇ ਪ੍ਰਕਾਰ ਦੀ ਸਾਡੀ 'ਤੇ ਕੋਈ ਸਰਕਾਰ ਦਾ ਧਿਆਨ ਨਹੀਂ ਹੈ, ਔਰ ਅਗਰ ਇਸੇ ਤਰ੍ਹਾਂ ਰਿਹਾ ਤਾਂ ਪੰਜਾਬ ਦੇ ਵਿੱਚੋਂ ਇੰਡਸਟਰੀ ਬਿਲਕੁਲ ਚਲੀ ਜਾਏਗੀ। ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਕਿ ਅਗਰ ਇਸ ਤਰ੍ਹਾਂ ਇੰਡਸਟਰੀ ਚਲੀ ਗਈ ਤਾਂ ਬੇਸ਼ੱਕ ਕਿਸੇ ਦੀ ਸਰਕਾਰ ਹੋਵੇ, ਉਹਦੇ ਵਾਸਤੇ ਸਰਵਾਈਵ ਕਰਨਾ ਮੁਸ਼ਕਿਲ ਹੋ ਜਾਏਗਾ, ਔਰ ਖਾਸ ਕਰਕੇ ਪੰਜਾਬ ਦਾ ਸਰਵਾਈਵ ਕਰਨਾ, ਕਿਉਂਕਿ ਇਹ ਜਿਹੜੇ ਟੈਕਸ ਪੇਅਰ ਪੇ ਕਰਦੇ ਨੇ,
ਇਹਨਾਂ ਦਾ ਬੜੀ ਵੱਡੀ ਲੋੜ ਹੈ ਪੰਜਾਬ ਨੂੰ, ਕਿਉਂਕਿ ਹਾਲਾਤ ਸਾਡੇ ਬਹੁਤ ਗੰਭੀਰ ਨੇ, ਰੈਵੀਨਿਊ ਸਾਡੇ ਇੰਨਾ ਹੈ ਨਹੀਂ ਗਾ, ਖੇਤੀ ਪ੍ਰਧਾਨ ਸੂਬਾ ਹੈ ਤੇ ਜਿਹੜੀ ਛੋਟੀ ਮੋਟੀ ਇੰਡਸਟਰੀ ਸਾਡੀ ਬਚੀ ਹੈ ਅਗਰ ਉਹ ਚਲੇ ਜਾਏਗੀ ਤਾਂ ਬਹੁਤ ਨੁਕਸਾਨ ਹੋਣ ਵਾਲਾ। ਇੱਕ ਤਾਂ ਮੈਂ ਉਹਨਾਂ ਨੂੰ ਇਹ ਯਕੀਨ ਦਿਵਾਉਣਾ ਕਿ ਸਰਕਾਰ ਆਉਣ ਤੇ ਜਾਂ ਬੀਂਗ ਏ ਓਪੋਜੀਸ਼ਨ ਵੀ ਅਸੀਂ ਤੁਹਾਡੇ ਆਉਣ ਵਾਲੇ ਸਮੇਂ ਚ ਇਸ਼ੂਜ਼ ਨੂੰ ਰੇਜ਼ ਕਰਾਂਗੇ ਕਿ ਇਹ ਨਹੀਂ ਹੋਣਾ ਚਾਹੀਦਾ ਔਰ ਬੰਦੀਆਂ ਸਹੂਲਤਾਂ ਜਿਹੜੀਆਂ ਛੋਟੇ ਛੋਟੇ ਤੁਹਾਨੂੰ ਲੋਕ ਤੰਗ ਕਰਦੇ ਆ ਪੋਲਿਊਸ਼ਨ ਵਾਲੇ ਕੋਈ ਹੋਰ ਲੋਕ ਜਾਂ ਕਿਸੇ ਪ੍ਰਕਾਰ ਦੀਆਂ ਵੀ ਦਿੱਕਤਾਂ ਅਗਰ ਉਹਨਾਂ ਵੱਲ ਸਰਕਾਰ ਧਿਆਨ ਦੇਵੇਗੀ ਪਰ ਬੀਂਗ ਏ ਓਪੋਜੀਸ਼ਨ ਵੀ ਅਸੀਂ ਉਹਦੀ ਲੜਾਈ ਲੜਾਂਗੇ ਕਿਉਂਕਿ ਅਗਰ ਅੱਗੇ ਹੀ ਸਾਡੇ ਤੇ ਬਹੁਤ ਸਾਰਾ ਕਰਜ਼ਾ ਚੜ ਚੁੱਕਿਆ ਔਰ ਅਗਰ ਇਸੇ ਸਪੀਡ ਨਾਲ ਕਰਜ਼ਾ ਚੜਦਾ ਰਿਹਾ ਤਾਂ ਕੋਈ ਵੀ ਮਾਈ ਦਾ ਲਾਲ ਪੰਜਾਬ ਦਾ ਮੁੱਖ ਮੰਤਰੀ ਬਣ ਜਾਏ ਉਹ ਸਰਵਾਈਵ ਨਹੀਂ ਕਰ ਪਾਏਗਾ ਜ਼ਿਆਦਾ ਤੇਲ, ਕਿਉਂਕਿ ਵਿਦਾਊਟ ਰੈਵੀਨਿਊ ਔਰ ਪੈਸੇ ਤੋਂ ਬਿਨਾਂ ਸਰਵਾਈਵਲ ਔਖਾ ਹੋ ਜਾਏਗਾ। ਸੋ ਇਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਬਹੁਤ ਡਰ ਦਾ ਮਾਹੌਲ ਹੈ, ਅਸੀਂ ਬਹੁਤ ਡਰਦੇ ਹਾਂ, ਸਾਨੂੰ ਇਹ ਲੱਗਦਾ ਕਿ ਗਲੀ ਦੇ ਵਿੱਚ ਕੋਈ ਬੰਦਾ ਸਾਨੂੰ ਮਾਰ ਕੇ ਨਾ ਚਲਾ ਜਾਵੇ। ਇਹ ਵੀ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਲਾਅ ਐਂਡ ਆਰਡਰ ਦੀ। ਮੈਨੂੰ ਲੱਗਦਾ ਸਰਕਾਰ ਨੂੰ ਇਹਦੇ ਵੱਲ ਤਵੱਜੋ ਦੇਣੀ ਚਾਹੀਦੀ ਹੈ, ਮੁੱਖ ਮੰਤਰੀ ਸਾਹਿਬ ਇਹਦੇ 'ਤੇ ਜ਼ਰਾ ਗੌਰ ਫਰਮਾਉਣ ਕਿ ਇਹ ਕੁਝ ਵਪਾਰੀਆਂ ਦੇ ਜਿਹੜੇ ਮੈਨੂੰ ਜਾਣਦੇ ਨਹੀਂ ਸਨ, ਮੈਨੂੰ ਦੇਖ ਕੇ ਮੇਰੀ ਸੀਟ 'ਤੇ ਬੈਠ ਕੇ ਉਹਨਾਂ ਦਾ ਕੰਸਰਨ ਸੀਗਾ, ਲੁਧਿਆਣੇ ਦੇ ਉਹ ਲੋਕ ਹੈ। ਦੂਜਾ ਉਹਨਾਂ ਨੇ ਕੰਸਰਨ ਸ਼ੋ ਕੀਤਾ ਕਿ ਜਿਹੜਾ ਮੈਂ ਆਖਿਆ ਤੁਸੀਂ ਇਸ ਟ੍ਰੇਨ 'ਚ ਕਿਵੇਂ, ਕਿਉਂਕਿ ਚੰਡੀਗੜ੍ਹੋਂ ਸ਼ਤਾਬਦੀ ਚੱਲੀ ਸੀ। ਉਹਨਾਂ ਨੇ ਕਿਹਾ ਕਿ ਮਗਰਲੇ 8 ਦਿਨਾਂ ਤੋਂ ਟ੍ਰੇਨਸ ਰੋਕੀਆਂ ਵੀ ਹੈ ਕਿਸਾਨੀ ਅੰਦੋਲਨ ਦੁਆਰਾ, ਔਰ ਉਹਨਾਂ ਨੇ ਇਹ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਪਲੀਜ਼ ਤੁਸੀਂ ਇਹਦੇ ਬਾਰੇ ਕੁਝ ਗੱਲ ਕਰੋ। ਮੈਂ ਕਿਉਂਕਿ ਕਿਸਾਨ ਭਰਾਵਾਂ ਦਾ ਬਹੁਤ ਵੱਡਾ ਇਸ਼ੂ ਹੈ ਔਰ ਮੈਨੂੰ ਲੱਗਦਾ ਪੂਰੇ ਪੰਜਾਬ ਦਾ ਇਸ਼ੂ ਹੈ ਔਰ ਅਸੀਂ ਸਾਰੇ ਜਾਣੇ ਇਸ 'ਤੇ ਨਿਰਭਰ ਹੈ, ਕਿਉਂਕਿ ਜਿਹੜੇ ਕਾਲੇ ਕਾਨੂੰਨ ਲੈ ਕੇ ਆਉਂਦੇ ਉਹ ਬੇਹੱਦ ਮਦਭਾਗੇ ਸਨ, ਕਿਸੇ ਦਾ ਜੀ ਨਹੀਂ ਕਰਦਾ ਇਸ ਤਰ੍ਹਾਂ ਬੈਠਣ ਦਾ ਧਰਨਿਆਂ 'ਤੇ, ਪਰ ਮਜਬੂਰੀ ਜਿਹੜੀ ਹੈ ਉਹ ਉਹਨਾਂ ਨੂੰ ਧਰਨਿਆਂ 'ਤੇ ਬਿਠਾਈ ਬੈਠੀ ਹੈ ਔਰ ਉਹ ਲੜਾਈ ਲੜ ਰਹੇ ਨੇ ਦੇਸ਼ ਦਾ ਅੰਨਦਾਤਾ। ਅੱਜ ਮੈਂ ਸਮਝਦਾ ਕਿ ਉਹਦੇ ਕੋਲ ਹੋਰ ਕੋਈ ਚਾਰਾ ਨਹੀਂ ਹੈ ਬਚ ਜਾਂਦਾ। ਸਰਕਾਰਾਂ ਨੇ ਕੰਨਾਂ ਦੇ ਵਿੱਚ ਰੂੰ ਪਾ ਲਈ ਹੈ, ਅੱਖਾਂ ਬੰਦ ਕਰ ਲਈਆਂ ਔਰ ਜੋ ਹੋ ਰਿਹਾ ਕਿਸਾਨ ਨਾਲ ਉਹ ਸਾਰੀ ਦੁਨੀਆ ਨੇ ਵੇਖਿਆ ਅਤੇ ਜਾਣਦੀ ਹੈ। ਪਿਛਲੀ ਵਾਰੀ ਕਿਸਾਨੀ ਅੰਦੋਲਨ ਦੇ ਵਿੱਚ ਕਾਫੀ ਵੱਡਾ ਯੋਗਦਾਨ ਸਾਨੂੰ ਆਮ ਜਨਤਾ ਦਾ ਅਤੇ ਆਮ ਲੋਕਾਂ ਦਾ ਮਿਲਿਆ, ਲੇਕਿਨ ਵਪਾਰੀ ਇਹ ਵੀ ਕਹਿ ਰਹੇ ਸੀ ਕਿ ਅਸੀਂ ਹੁਣ ਅੱਜ ਉੱਥੋਂ ਚੜ੍ਹਨਾ ਸੀ ਟ੍ਰੇਨ ਲੁਧਿਆਣਾ ਤੋਂ, ਲੇਕਿਨ ਅੰਦੋਲਨ ਕਰਕੇ ਟ੍ਰੇਨ ਬੰਦ ਹੋਣ ਕਰਕੇ ਅਸੀਂ ਚੜ੍ਹ ਨਹੀਂ ਪਾਏ। ਉਹਨਾਂ ਦਾ ਇਹ ਵੀ ਕੰਸਰਨ ਸੀਗਾ ਵਪਾਰੀ ਭਰਾਵਾਂ ਦਾ ਕਿ ਸਾਡੇ ਜਿਹੜੇ ਵਪਾਰ ਹੈ ਕਾਰੋਬਾਰ ਹੈ ਇਸ ਗੱਲ ਨਾਲ ਨੁਕਸਾਨ ਹੋ ਰਿਹਾ। ਸੋ ਜਿੰਨੇ ਵੀ ਕੋਈ ਹੋਟਲ ਕਾਰੋਬਾਰੀ ਹੈ ਜਾਂ ਕੋਈ ਹੋਰ ਹੈ, ਸੋ ਇਸ ਤਰ੍ਹਾਂ ਦਾ ਉਹ ਕੰਸਰਨ ਸ਼ੋ ਕਰ ਰਹੇ ਸਨ। ਪਰ ਕਿਸਾਨ ਵੀ ਆਪਦੇ ਜਾਇਜ਼ ਮੁੱਦਿਆਂ ਦੀ ਲੜਾਈ ਲੜ ਰਹੇ ਹੈ, ਕੋਈ ਨਜਾਇਜ਼ ਮੁੱਦਾ ਨਹੀਂ ਹੈ, ਆਪਦੇ ਹੱਕਾਂ ਦੀ ਲੜਾਈ ਲੜ ਰਹੇ, ਇਨਫੈਕਟ ਪੰਜਾਬ ਦੇ ਲੋਕਾਂ ਦੀ ਲੜਾਈ ਲੜ ਰਹੇ ਹੈ ਔਰ ਜੇ ਕਿਸਾਨ ਮਰ ਜਾਏਗਾ ਤਾਂ ਸਾਰਾ ਵਪਾਰ ਵੀ ਸਾਡਾ ਖਰਾਬ ਹੋ ਜਾਏਗਾ, ਮਤਲਬ ਕਿ ਵਪਾਰ ਵੀ ਨਹੀਂ ਚੱਲੇਗਾ, ਚਾਹੇ ਉਹ ਹੌਜ਼ਰੀ ਦਾ ਵਪਾਰ ਹੈ, ਚਾਹੇ ਉਹ ਦੁਕਾਨਦਾਰੀ ਹੈ, ਚਾਹੇ ਕੋਈ ਆੜਤ ਦੀ ਦੁਕਾਨ ਹੈ, ਚਾਹੇ ਉਹ ਮਨਿਆਰੀ ਦੁਕਾਨ ਹੈ, ਚਾਹੇ ਉਹ ਸ਼ੈਲਰ ਹੈ, ਚਾਹੇ ਉਹ ਪੈਲੇਸਿਸ ਹੈ, ਚਾਹੇ ਉਹ ਵਿਆਹ ਹੈ, ਚਾਹੇ ਉਹ ਕੱਪੜੇ ਦੁਕਾਨ ਹੈ। ਮੁੱਦਾ ਬੜਾ ਜਾਇਜ਼ ਹੈ, ਲੇਕਿਨ ਕਿਵੇਂ ਇਹਨੂੰ ਇਕੱਠਾ ਰੱਖਿਆ ਜਾਵੇ। ਮੈਂ ਕਿਸਾਨ ਭਰਾਵਾਂ ਨੂੰ ਵੀ, ਖਾਸ ਕਰਕੇ ਡੱਲੇਵਾਲ ਸਾਹਿਬ ਅਤੇ ਪਨੇਰ ਸਾਹਿਬ ਹੋਰਾਂ ਨੂੰ ਅਤੇ ਆਰਗੇਨਾਈਜੇਸ਼ਨ ਦੇ ਜਿਹਨੂੰ ਵੀ ਜਿਹੜੇ ਹੈੱਡਸ ਹੈ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਸਾਨੂੰ ਇਹਨਾਂ ਵਪਾਰੀਆਂ ਦੇ ਨਾਲ ਇੱਕ ਬੈਠ ਕੇ ਮੀਟਿੰਗ ਕਰਨੀ ਚਾਹੀਦੀ ਹੈ।
ਮੈਂ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਆਪਦਾ ਡੈਲੀਗੇਸ਼ਨ ਲੈ ਕੇ ਪੰਧੀਰ ਸਾਹਿਬ ਔਰ ਡੱਲੇਵਾਲ ਸਾਹਿਬ ਕੋਲੇ ਜਾਓ ਔਰ ਜਿਹੜੀਆਂ ਤੁਹਾਨੂੰ ਤਕਲੀਫਾਂ ਆ ਰਹੀਆਂ ਉਹਦੇ ਬਾਰੇ ਤੁਸੀਂ ਕਿਸਾਨੀ ਲੀਡਰਾਂ ਨਾਲ ਚਰਚਾ ਕਰੋ ਤਾਂ ਜੋ ਤੁਹਾਨੂੰ ਦਿੱਕਤ ਵੀ ਨਾ ਆਵੇ। ਮੈਨੂੰ ਨਹੀਂ ਲੱਗਦਾ ਕਿਸਾਨ ਵਪਾਰੀ ਨੂੰ ਪਰੇਸ਼ਾਨ ਕਰਨਾ ਚਾਹੁੰਦਾ, ਮੈਨੂੰ ਨਹੀਂ ਲੱਗਦਾ, ਬਟ ਤਰੀਕਾ ਉਹਨਾਂ ਦਾ ਅੰਦੋਲਨ ਦਾ ਬਿਲਕੁਲ ਉਹ ਸਹੀ ਕੌਜ਼ ਵਾਸਤੇ ਲੜਾਈ ਲੜ ਰਹੇ ਆ, ਸਹੀ ਮੁੱਦੇ ਵਾਸਤੇ, ਲੇਕਿਨ ਕਿੱਦਾਂ ਅਸੀਂ ਇਹਨੂੰ ਤਰੀਕਾ ਅਪਣਾਇਆ ਜਾ ਸਕਦਾ ਜਿਹਦੇ ਨਾਲ ਕਿਸੇ ਵਪਾਰੀ ਨੂੰ ਦਿੱਕਤ ਨਾ ਆਵੇ, ਕਿਸੇ ਕੰਮ ਕਰਨ ਵਾਲ ਨੂੰ ਕਾਰੋਬਾਰੀ ਨੂੰ ਦਿੱਕਤ ਨਾ ਆਵੇ, ਤਾਂ ਜੋ ਦੂਜੀਆਂ ਜਿਹੜੀਆਂ ਵਿਰੋਧੀ ਤਾਕਤਾਂ ਉਹ ਇਹਦਾ ਫਾਇਦਾ ਉਠਾਉਣਗੀਆਂ ਕਿ ਦੇਖੋ ਇਹਨਾਂ ਲੋਕਾਂ ਨੇ ਤੁਹਾਡੇ ਵਪਾਰ ਬੰਦ ਕਰਾਤੇ। ਸੋ ਮੈਂ ਸਮਝਦਾ ਕਿ ਐਮੀ ਕੇਬਲੀ ਬੈਠ ਕੇ ਮੈਂ ਵੀ ਕੋਸ਼ਿਸ਼ ਕਰੂੰਗਾ, ਆਈ ਵਿਲ ਸਪੀਕ ਟੂ, ਮੈਂ ਡੱਲੇਵਾਲ ਸਾਹਿਬ ਨਾਲ ਗੱਲ ਕਰੂੰਗਾ, ਕੋਸ਼ਿਸ਼ ਕਰੂੰਗਾ ਪਨੀਰ ਸਾਹਿਬ ਨਾਲ ਵੀ ਮੇਰੀ ਗੱਲ ਹੋਵੇ। ਔਰ ਮੈਂ ਇਹ ਚਾਹੁੰਦਾ ਕਿ ਵਪਾਰੀ ਭਰਾ ਵੀ ਕੁਝ ਇਕੱਠੇ ਹੋ ਕੇ ਕਿਸਾਨ ਜਥੇਬੰਦੀਆਂ ਨਾਲ ਜਾਂ ਡੱਲੇਵਾਲ ਸਾਹਿਬ ਹੋਰਾਂ ਨਾਲ ਇਹ ਗੱਲ ਕਰਨ ਕਿ ਉਹਨਾਂ ਦੀਆਂ ਤਾਂ ਤਮਾਮ ਸਾਰੀਆਂ ਮੁਸ਼ਕਲਾਂ ਸੋਲਵ ਹੋ ਜਾਣ। ਉਹਨਾਂ ਨੇ ਮੈਨੂੰ ਕਿਹਾ ਸੀ ਤੁਸੀਂ ਸਾਡੇ ਮੁੱਦਾ ਰੱਖਿਓ ਅਤੇ ਅਸੀਂ ਫਿਰ ਗੱਲ ਕਰਾਂਗੇ, ਅਸੀਂ ਮਿਲਾਂਗੇ। ਸੋ ਮੈਂ ਇਸ ਕਰਕੇ ਮੁੱਦਾ ਰੱਖ ਰਿਹਾ ਕਿ ਮੇਰੀ ਇਹ ਆਵਾਜ਼ ਡੱਲੇਵਾਲ ਸਾਹਿਬ ਤੱਕ ਅਤੇ ਵਪਾਰੀਆਂ ਤੱਕ ਵੀ ਪਹੁੰਚ ਜਾਏਗੀ ਅਤੇ ਬੈਠ ਕੇ ਕਿਸੇ ਦਾ ਮਕਸਦ ਨਹੀਂ ਹੈ, ਕਿਸਾਨਾਂ ਦਾ ਕੋਈ ਮਕਸਦ ਨਹੀਂ ਹੈ ਕਿ ਪੰਜਾਬ ਦਾ ਕੋਈ ਵੀ ਬੰਦਾ ਖਰਾਬ ਹੋਵੇ। ਉਹਨਾਂ ਦਾ ਮਕਸਦ ਹੈ ਸੁੱਤੀ ਪਈ ਸਰਕਾਰ ਨੂੰ ਜਗਾਉਣ ਦਾ ਕੰਮ ਉਹ ਕਰ ਰਹੇ ਨੇ, ਕਿਉਂਕਿ ਜਦੋਂ ਕੋਈ ਚੀਜ਼ ਉਹਨਾਂ ਦੇ ਹੱਥ ਪੱਲੇ ਨਹੀਂ ਆਈ ਤਾਂ ਫਿਰ ਉਹਨਾਂ ਨੇ ਟ੍ਰੇਨ ਰੋਕਣ ਦਾ ਇਹ ਉਪਰਾਲਾ ਅਤੇ ਪ੍ਰਯਾਸ ਕੀਤਾ। ਸੋ ਮੈਂ ਸਮਝਦਾ, ਪਰ ਮੇਰੀ ਇਹ ਬੇਨਤੀ ਰਹੇਗੀ ਦੋਨੇ ਆਰਗੇਨਾਈਜੇਸ਼ਨਾਂ ਨੂੰ ਕਿ ਉਹ ਇਕੱਠੇ ਬੈਠ ਕੇ ਇਹਦਾ ਸਲਿਊਸ਼ਨ ਕੱਢ ਲੈਣ ਤਾਂ ਜੋ ਕੋਈ ਵੀ ਵਿਰੋਧੀ ਤਾਕਤ ਸਾਡੇ ਪੰਜਾਬ ਦੇ ਲੋਕਾਂ ਦਾ ਫਾਇਦਾ ਨਾ ਉਠਾ ਸਕੇ। ਕੰਸਰਨ ਦੀ ਗੱਲ ਹੈ ਔਰ ਮੈਨੂੰ ਪਤਾ ਕਿ 9 ਮਾਸ ਦਾ ਰਿਸ਼ਤਾ ਹੈ ਪੰਜਾਬ ਦੇ ਲੋਕਾਂ ਦਾ, ਚਾਹੇ ਉਹ ਵਪਾਰੀ ਹੈ ਚਾਹੇ ਉਹ ਕਿਸਾਨ ਹੈ, ਅਸੀਂ ਸਾਰੇ ਇਕੱਠੇ ਬੈਠ ਕੇ ਇਸ ਸਲਿਊਸ਼ਨ ਦਾ ਹੱਲ ਕੱਢ ਲਵਾਂਗੇ। ਔਰ ਵਪਾਰੀ ਭਰਾਵਾਂ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ, ਬਿਲਕੁਲ ਅਸੀਂ ਤੁਹਾਡੇ ਨਾਲ ਖੜੇ ਹਾਂ। ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ ਅਸੀਂ 100% ਕੋਈ ਵਪਾਰੀ ਫਰੈਂਡਲੀ ਕੋਈ ਐਸੀ ਨਵੀਆਂ ਸਕੀਮਸ ਲੈ ਕੇ ਆਵਾਂਗੇ ਜਿਹਦੇ ਨਾਲ ਵਪਾਰੀਆਂ ਨੂੰ ਰਾਹਤ ਮਿਲੇ ਔਰ ਕੋਈ ਵੀ ਵਪਾਰੀ ਪੰਜਾਬ ਛੱਡ ਕੇ ਨਾ ਜਾਵੇ। ਔਰ ਜਿੱਥੋਂ ਤੱਕ ਓਪੋਜੀਸ਼ਨ ਦੀ ਗੱਲ ਹੋਈ ਤਾਂ ਅਸੀਂ ਤੁਹਾਡੀ ਡਟ ਕੇ ਲੜਾਈ ਲੜ ਕੇ ਤੁਹਾਡੀ ਆਵਾਜ਼ ਨੂੰ ਬੁਲੰਦ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਅਸੀਂ ਵਪਾਰੀਆਂ ਦੇ ਨਾਲ ਖੜੇ ਹਾਂ, ਠੋਕ ਕੇ ਅਸੀਂ ਕਿਸਾਨਾਂ ਨਾਲ ਵੀ ਹੈ ਪਰ ਅਸੀਂ ਪੰਜਾਬ ਦੇ ਵਪਾਰੀਆਂ ਨਾਲ ਵੀ ਹੈ ਜਿਨ੍ਹਾਂ ਤੋਂ ਟੈਕਸ ਰੈਵਨਿਊ ਆਉਂਦਾ ਹੈ ਜਿਹਦੇ ਕਰਕੇ ਸਾਡਾ ਸਾਰਾ ਕੰਮ ਚੱਲਦਾ ਹੈ। ਔਰ ਕਿਸਾਨ ਭਰਾਵਾਂ ਦੀ ਵੀ ਇਹਨਾਂ ਇਸ਼ੂਸ 'ਤੇ ਲੜਾਈ ਲੜ ਵੀ ਰਹੇ ਹਾਂ ਔਰ ਲੜਦੇ ਵੀ ਰਹਾਂਗੇ। ਸੋ ਇਹਦੇ 'ਤੇ ਜ਼ਰੂਰ ਗੌਰ ਫਰਮਾਇਓ ਔਰ ਇਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਿਓ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਡੱਲੇਵਾਲ ਸਾਹਿਬ ਤੱਕ ਔਰ ਮੈਂ ਟੈਲੀਫੋਨ 'ਤੇ ਵੀ ਗੱਲ ਕਰਾਂਗਾ ਇਹ ਗੱਲ ਪਹੁੰਚ ਜਾਵੇ ਸਾਰੀਆਂ, ਔਰ ਵਪਾਰੀ ਭਰਾ ਵੀ ਉਹਨਾਂ ਨਾਲ ਬੈਠ ਕੇ ਗੱਲ ਕਰ ਲੈਣ, ਉਹਨਾਂ ਨਾਲ ਵੀ ਮੈਂ ਗੱਲ ਕਰਾਂਗਾ। ਧੰਨਵਾਦ, ਸਤਿ ਸ਼੍ਰੀ ਅਕਾਲ, ਫਿਰ ਮਿਲਦੇ ਹਾਂ ਨਵੀਂ ਖਬਰ ਦੇ ਨਾਲ ਕੱਲ੍ਹ ਨੂੰ ਤੁਹਾਨੂੰ ਜਾਂ ਅੱਜ ਰਾਤ ਨੂੰ ਜਾਂ ਸ਼ਾਮ ਨੂੰ। ਸਤਿ ਸ਼੍ਰੀ ਅਕਾਲ ਐਂਡ ਕਾਂਗਰਸ ਪਾਰਟੀ ਜ਼ਿੰਦਾਬਾਦ। ਔਰ ਸਭ ਕੋਸ਼ਿਸ਼ ਕਰੋ ਕਿ ਆਪਾਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਲੰਧਰ ਚੰਨੀ ਸਾਹਿਬ, ਖਹਿਰਾ ਸਾਹਿਬ ਔਰ ਕਿਸ ਤਰ੍ਹਾਂ ਗਾਂਧੀ ਜੀ ਔਰ ਯਾਮਨੀ ਗੋਮਰ ਜੀ ਔਰ ਸਾਡੇ ਫਰੀਦਕੋਟ ਤੋਂ ਮੈਡਮ ਅਮਰਜੀਤ ਕੌਰ ਸਾਹੋਕੇ ਜੀ, ਬਠਿੰਡਾ ਤੋਂ ਜੀਤ ਮਹਿੰਦਰ ਜੀ, ਜਿਹੜੇ ਸਭ ਲੋਕ ਸਾਡੇ ਚੋਣ ਮੈਦਾਨ 'ਚ ਹੈ, ਅਮਰ ਸਿੰਘ ਜੀ ਸਾਡੇ ਫਤਿਹਗੜ੍ਹ ਸਾਹਿਬ ਤੋਂ, ਔਜਲਾ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ, ਇਹਨਾਂ ਸਾਰਿਆਂ ਨੂੰ ਤਕੜੇ ਹੋ ਕੇ ਵੱਧ ਤੋਂ ਵੱਧ ਜਿੱਥੇ ਵੀ ਤੁਹਾਡੀਆਂ ਰਿਸ਼ਤੇਦਾਰੀਆਂ ਭਾਈ ਬੰਧੂ ਹੈ ਉਹ ਪਹੁੰਚਾ ਕੇ ਅਤੇ ਵੋਟਾਂ ਪਾਉਣ ਦਾ ਕੰਮ ਕਰੋ।
ਕਿਉਂਕਿ ਬਹੁਤ ਨਿਰਣਾਇਕ ਲੜਾਈ ਹੈ, ਫੈਸਲਾ ਕੁੰਨ ਲੜਾਈ ਹੈ। ਧੰਨਵਾਦ, ਸਤਿ ਸ਼੍ਰੀ ਅਕਾਲ।